ਤੋਂ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਮਾਣ ਜੋਗਵੀਰ ਪ੍ਰਕਿਰਤਨ ਸਿੰਘ ਜੀ ਨੂੰ ਕਿ ਉਹ ਇਤਿਹਾਸ ਵਾਲੇ ਪਾਸੇ ਥੋੜਾ ਮੁੜੀਏ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਭਗਤ ਸਿੰਘ ਜੀ ਦੇ ਜੀਵਨ ਬਾਰੇ ਸਾਨੂੰ ਕੀ ਜਾਣਕਾਰੀ ਉਪਲਬਧ ਹੈ ਭਗਤ ਸਿੰਘ ਜੀ ਦੇ ਬਾਰੇ ਵੀਰ ਪ੍ਰਕਿਰਤਨ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸਾਨੂੰ ਇਸ ਬਾਰੇ ਸੋਝਿਤੇ ਵਾਗ ਜੀ ਦਾ ਖਾਲਸਾ ਵਾਗ ਜੀ ਕੀ ਫਤਿਹ ਜੀ ਅ ਭਗਤ ਸੈਨ ਜੀ ਦੇ ਬਾਰੇ ਕੁਝ ਹੋਰ ਭਗਤਾਂ ਦੀ ਤਰ੍ਹਾਂ ਹੀ ਕੋਈ ਠੋਸ ਜਾਣਕਾਰੀ ਇਤਿਹਾਸਕ ਸਰੋਤਾਂ ਤੋਂ ਸਾਨੂੰ ਨਹੀਂ ਮਿਲਦੀ ਹਾਂ ਕੁਝ ਇਤਿਹਾਸਕ ਸਰੋਤ ਸਾਨੂੰ ਕੋਟ ਕਰਕੇ ਦੱਸੇ ਜਾਂਦੇ ਹਨ ਜਿਸ ਤਰ੍ਹਾਂ ਕਿ ਮਕਾਲਫ ਹੈ ਜਾਂ ਭਗਤਮਾਲ ਹੈ ਪਰ ਇਹ ਸਾਰੇ ਸਰੋਤ ਜਿਹੜੇ ਹਨ ਬਹੁਤ ਬਾਅਦ ਦੇ ਵਿੱਚ ਹੋਂਦ ਵਿੱਚ ਆਏ ਜਦੋਂ ਅਸੀਂ ਠੋਸ ਜਾਣਕਾਰੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਸਮਕਾਲੀ ਸਰੋਤਾਂ ਦੇ ਵਿੱਚੋਂ ਸਾਨੂੰ ਕੋਈ ਉਹਨਾਂ ਦੇ ਬਾਰੇ ਜਾਣਕਾਰੀ ਠੋਸ ਨਹੀਂ ਮਿਲਦੀ ਕੁਝ ਕੁ ਭਗਤਾਂ ਦੇ ਬਾਰੇ ਜਿਹੜੇ ਕਿ ਅਸੀਂ ਕਹੀਏ ਤੇ ਉਹ ਬਹੁਤ ਉੱਚਾ ਦਰਜਾ ਸਮਾਜ ਦੇ ਵਿੱਚ ਮਸ਼ਹੂਰੀ ਪ੍ਰਾਪਤ ਕਰ ਚੁੱਕੇ ਸਨ ਜਿਵੇਂ ਭਗਤ ਕਬੀਰ ਜੀ ਹਨ ਜਾਂ ਭਗਤ ਰਵਦਾਸ ਜੀ ਹਨ ਉਹਨਾਂ ਬਾਰੇ ਤਾਂ ਇਹ ਜਾਣਕਾਰੀਆਂ ਕਾਫੀ ਸਰੋਤਾਂ ਤੋਂ ਮਿਲ ਜਾਂਦੀਆਂ ਹਨ ਪਰ ਬਾਕੀ ਜਿਹੜੇ ਭਗਤ ਸਨ ਉਹਨਾਂ ਦੇ ਬਾਰੇ ਇਹ ਜਾਣਕਾਰੀ ਪੂਰੀ ਠੋਸ ਨਹੀਂ ਹੈ ਤੇ ਜੋ ਕੁਝ ਵੀ ਆਪ ਜੀ ਦੇ ਨਾਲ ਹੁਣ ਸ਼ੇਅਰ ਕੀਤਾ ਜਾਣਾ ਹੈ ਇਹ ਕੁਝ ਪ੍ਰਚਲਿਤ ਧਾਰਨਾਵਾਂ ਜਾਂ ਦੰਤ ਕਥਾਵਾਂ ਦੇ ਆਧਾਰ ਉੱਤੇ ਹੀ ਹੈ ਤੋ ਜੋ ਸਾਨੂੰ ਪ੍ਰਾਪਤ ਹੋਇਆ ਹੈ ਉਹ ਆਪਜੀ ਦੇ ਨਾਲ ਸ਼ੇਅਰ ਕਰਦੇ ਹਾਂ ਕਿ ਭਗਤ ਸੈਨ ਜੀ ਦਾ ਜਨਮ ਜੋ ਹੈ ਉਹਦੇ ਬਾਰੇ ਵੀ ਵਿਦਵਾਨਾਂ ਵਿੱਚ ਥੋੜੇ ਜੇ ਰਾਏ ਡਿਫਰ ਕਰਦੀ ਹੈ ਦੋ ਤਿੰਨ ਰਾਏ ਮਿਲਦੀਆਂ ਹਨ ਹਾਲਾਂਕਿ ਇੱਕ ਤਾਂ ਰਾਏ ਇਹ ਹੈ ਕਿ ਉਹ ਮਹਾਰਾਸ਼ਟਰ ਵਿੱਚ ਪੈਦਾ ਹੋਏ ਕਿਉਂਕਿ ਮਰਾਠੀ ਦੇ ਵਿੱਚ ਇੱਕ ਸੰਤ ਸੈਨ ਜੀ ਦੇ ਲਿਖੇ ਹੋਏ ਭਜਨ ਮਿਲਦੇ ਹਨ ਪਰ ਇਹ ਝਪਦਾ ਹੈ ਕਿ ਇਹ ਕੋਈ ਹੋਰ ਸੰਤ ਸਨ ਤੇ ਇਹਨਾਂ ਨੂੰ ਕਨਫਿਊਜ਼ ਕਰ ਲਿਆ ਗਿਆ ਹੈ ਇਸੇ ਤਰ੍ਹਾਂ ਹੀ ਕੁਝ ਸਰੋਤਾਂ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਆਪ ਜੀ ਬੰਦ ਬਗੜ ਦੇ ਰੀਵਾ ਜੋ ਦਿਯਾਸਤ ਹੈ ਰਾਜਸਥਾਨ ਵਿੱਚ ਜਾਂ ਕਈਆਂ ਨੇ ਇੱਥੋਂ ਤੱਕ ਕਿ ਬਿਦਰ ਦਾ ਨਾਮ ਵੀ ਦੇ ਦਿੱਤਾ ਹੈ ਪਰ ਇਹ ਵੀ ਸ਼ਾਇਦ ਮੁਗਲਤਾ ਇਸ ਕਰਕੇ ਲੱਗਿਆ ਕਿ ਕਿ ਇਹਨਾਂ ਦੋਹਾਂ ਥਾਵਾਂ ਦੇ ਉੱਤੇ ਆਪ ਜੀ ਰਹੇ ਤੇ ਆਪ ਜੀ ਨੇ ਨੌਕਰੀ ਵੀ ਕੀਤੀ ਤੋਂ ਜਿਹੜਾ ਆਮ ਸਹਿਮਤੀ ਹੈ ਆਪ ਜੀ ਦੇ ਬਾਰੇ ਉਹ ਇਹ ਹੈ ਕਿ ਆਪ ਜੀ ਦਾ ਜਨਮ ਜੋ ਹੈ ਪਿੰਡ ਸੋਹਲ ਠੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ ਉਤਵ ਜੀ ਦੀ ਯਾਦਗਾਰ ਵੀ ਮੌਜੂਦ ਹੈ ਮੇਲਾ ਵੀ ਲੱਗਦਾ ਹੈ ਤੇ ਆਪ ਜੀ ਦਾ ਇੱਕ ਹੋਰ ਸਥਾਨ ਫਲੌਰ ਦੇ ਨੇੜੇ ਇੱਕ ਪਿੰਡ ਪ੍ਰਤਾਪਪੁਰਾ ਹੈ ਜਿੱਥੇ ਆਪ ਕੋ ਸਮਾ ਰਹੇ ਉੱਥੇ ਵੀ ਆਪ ਜੀ ਦੀਆਂ ਯਾਦਗਾਰਾਂ ਮੌਜੂਦ ਹਨ ਉੱਥੇ ਵੀ ਇਕੱਠੀ ਕੀਤੀ ਜਾਂਦੇ ਹਨ ਆਮ ਰਾਏ ਦੇ ਮੁਤਾਬਕ ਆਪ ਜੀ ਦਾ ਜੋ ਜਨਮ ਹੈ ਉਹ ਸਨ 1343 ਦੇ ਵਿੱਚ ਹੋਇਆ ਤੇ ਸਨ 1440 ਦੇ ਵਿੱਚ ਲਗਭਗ 97 ਸਾਲ ਦੀ ਉਮਰ ਦੇ ਵਿੱਚ ਆਪ ਜੀ ਨੇ ਵਾਰਾਨਸੀ ਦੇ ਵਿੱਚ ਚੜ੍ਹਾਈ ਕੀਤੀ ਜਿੱਥੇ ਆਪ ਜੀ ਨੇ ਆਖਰੀ ਸਮਾਂ ਆਪਣੇ ਗੁਰਪਾਈਆਂ ਭਗਤ ਕਬੀਰ ਜੀ ਭਗਤ ਰਵਦਾਸ ਜੀ ਤੇ ਹੋਰ ਆਪਣੇ ਜਿਹੜੇ ਸਾਥੀ ਭਗਤ ਸਨ ਜੋ ਭਗਤ ਰਾਮਾਨੰਦ ਜੀ ਦੇ ਸਿੱਖ ਸਨ ਉਹਨਾਂ ਦੀ ਸੰਗਤ ਵਿੱਚ ਬਿਤਾਇਆ ਪਰ ਇੱਥੇ ਹੀ ਇੱਕ ਹੋਰ ਵੀ ਵਰਸ਼ਨ ਮੌਜੂਦ ਹੈ ਕਿ ਆਪ ਜੀ ਦਾ ਜਨਮ ਸ਼ਾਇਦ 1390 ਵਿੱਚ ਹੋਇਆ ਜਿਹਨੂੰ ਬਹੁਤੇ ਵਿਦਵਾਨ ਨਹੀਂ ਮੰਨਦੇ ਤਾਂ ਇਹ ਦੋ ਆਪ ਜੀ ਦੇ ਬਾਰੇ ਜਾਣਕਾਰੀਆਂ ਸਾਡੇ ਕੋਲ ਉਪਲਬਧ ਹਨ ਦੂਜਾ ਇਹ ਹੈ ਕਿ ਆਪ ਜੀ ਕਿੱਤੇ ਵੱਜੋਂ ਨਾਈ ਸਨ ਜੋ ਕਿ ਕਿਹਾ ਜਾਂਦਾ ਹੈ ਕਿ ਆਪ ਜੀ ਦਾ ਪਿਤਾ ਪੁਰਖੀ ਕਿਤਾ ਸੀ ਤਾਂ ਆਪ ਦੇ ਪਿਤਾ ਜੀ ਮਕੰਦਰ ਆਏ ਜੀ ਤੇ ਮਾਤਾ ਜੀਉਣੀ ਜੀ ਉਹਨਾਂ ਨੇ ਆਪ ਜੀ ਨੂੰ ਚੰਗੀ ਵਿਦਿਆ ਆਪਣੇ ਕਿੱਤੇ ਦੀ ਦੇਣ ਲਈ ਆਪਦੀ ਭੂਆ ਦੇ ਕੋਲ ਲਾਹੌਰ ਭੇਜਿਆ ਜਿੱਥੇ ਆਪ ਜੀ ਨੇ ਇੱਕ ਸ਼ਾਹੀ ਹਜਾਮ ਜਿਹਦਾ ਨਾਮ ਅਜ਼ੀਮ ਵੀ ਦੱਸਿਆ ਜਾਂਦਾ ਹੈ ਉਹਦੇ ਪਾਸੋਂ ਸਿੱਖਿਆ ਲਈ ਤੇ ਆਪਣੇ ਕਿੱਤੇ ਦੇ ਵਿੱਚ ਉਹ ਚੰਗੀ ਮਹਾਰਤ ਹਾਸਲ ਕੀਤੀ ਇੱਥੇ ਹੀ ਆਪ ਜੀ ਦੀ ਸ਼ਾਦੀ ਹੋਈ ਬੀਬੀ ਸਾਹਿਬ ਦੇਵੀ ਜੀ ਨਾਲ ਤੇ ਆਪ ਜੀ ਦਾ ਇੱਕ ਪੁੱਤਰ ਵੀ ਸੀ ਤੇ ਉਸ ਤੋਂ ਬਾਅਦ ਆਪ ਜੀ ਵਿਦਿਆਪਾਤ ਪ੍ਰਾਪਤ ਕਰਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਵਿੱਚ ਦਿੱਲੀ ਚਲੇ ਗਏ ਤੇ ਉੱਥੋਂ ਰੈਫਰੈਂਸਿਸ ਲੈ ਕੇ ਆਪ ਜੀ ਨੂੰ ਰੀਵਾ ਦੇ ਰਾਜਾ ਬੰਧਵਗੜ ਦਾ ਉਹਦੇ ਰਾਜਾ ਰਾਮ ਰਾਏ ਉਹਦੀ ਸੇਵਾ ਦੇ ਵਿੱਚ ਭੇਜਿਆ ਗਿਆ ਕਿਉਂਕਿ ਨਾਈ ਦਾ ਜੋ ਕਿੱਤਾ ਸੀ ਉਹ ਸਿਰਫ ਹਜਾਮਤ ਬਣਾਉਣ ਦਾ ਜਾਂ ਇਸ ਤਰ੍ਹਾਂ ਦੇ ਕੰਮਾਂ ਦਾ ਹੀ ਨਹੀਂ ਸੀ ਬਲਕਿ ਸਰੀਰ ਦੀ ਸਾਰੀ ਦੇਖਭਾਲ ਜਿਦੇ ਵਿੱਚ ਮਾਲਿਸ਼ ਕਰਨਾ ਤੇ ਧੋਣਾ ਸਰੀਰ ਨੂੰ ਚੰਗੀ ਤਰ੍ਹਾਂ ਸਫਾਈ ਕਰਨਾ ਨਖੁਮਣ ਕਟਣਾ ਤੇ ਹੋਰ ਸਾਰੇ ਇਸ ਕਿਸਮ ਦੇ ਜੋ ਕੰਮ ਸਨ ਇਹ ਵਰਚੂਅਲੀ ਅਸੀਂ ਸਮਝੀਏ ਕਿ ਜਿਹੜੇ ਨਾਈ ਉਸ ਜ਼ਮਾਨੇ ਦੇ ਵਿੱਚ ਹੁੰਦੇ ਸਨ ਇਹ ਤਕਰੀਬਨ ਆਪਾਂ ਕਹੀਏ ਕਿ ਜੇ ਅਸਿਸਟੈਂਟ ਹਕੀਮ ਹੁੰਦੇ ਸਨ ਜਾਂ ਅਸਿਸਟੈਂਟ ਵੈਦ ਹੁੰਦੇ ਸਨ ਉਸ ਕਿਸਮ ਦਾ ਕੀਤਾ ਸੀ ਜਿਦੇ ਵਿੱਚ ਜਿਹੜਾ ਵੈਦਗੀ ਦਾ ਅੰਸ਼ ਵੀ ਸ਼ਾਮਲ ਹੁੰਦਾ ਸੀ ਤੇ ਆਪ ਛੋਟੇ-ਮੋਟੇ ਬਿਮਾਰੀਆਂ ਦਾ ਇਲਾਜ ਮਾਲਸ਼ਾ ਆਦਿਕ ਨਾਲ ਕਰਨ ਦੇ ਵਿੱਚ ਜਿਹੜੇ ਨਾਈ ਸਾਨੂੰ ਮਸ਼ਹੂਰ ਹੁੰਦੇ ਸਨ ਤੋਂ ਆਪ ਜੀ ਦੇ ਉੱਥੇ ਰਹੇ ਕੁਝ ਸਮਾਂ ਤੇ ਕੁਝ ਸਮਾਂ ਆਪ ਜੀ ਦੇ ਬਾਰੇ ਰੀਵਾ ਤੋਂ ਬਾਅਦ ਬਦਰ ਦੇ ਵਿੱਚ ਵੀ ਆਪ ਜੀ ਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਨੌਕਰੀ ਕੀਤੀ ਆਪ ਜੀ ਦਾ ਧਿਆਨ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਸੰਨ ਆਪ ਜੀ ਦੀਆਂ ਤੋਂ ਜਦੋਂ ਆਪ ਜੀ ਨੇ ਇਨਰ ਧਿਆਨ ਕੀਤਾ ਤੇ ਤੁਲਨਾ ਫਿਰਨਾ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਘਰੋਂ ਬਾਹਰ ਨਿਕਲੇ ਤਾਂ ਆਪ ਜੀ ਨੇ ਬਨਾਰਸ ਦੀ ਯਾਤਰਾ ਕੀਤੀ ਕਿਉਂਕਿ ਆਪ ਜੀ ਨੇ ਭਗਤ ਰਾਮਾਨੰਦ ਜੀ ਤੇ ਭਗਤ ਕਬੀਰ ਜੀ ਇਹਨਾਂ ਦੀ ਸ਼ੋਭਾ ਸੁਣੀ ਹੋਈ ਸੀ ਤੇ ਆਪ ਜੀ ਨੇ ਭਗਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਤੇ ਉਹਨਾਂ ਦੀ ਸਿੱਖਿਆ ਪ੍ਰਾਪਤ ਕਰਕੇ ਆਪ ਜੀ ਦੀ ਗਿਣਤੀ ਉਹਨਾਂ ਦੇ 12 ਪ੍ਰਮੁੱਖ ਚੇਲਿਆਂ ਦੇ ਵਿੱਚ ਵੀ ਕਈ ਸਰੋਤ ਜਿਹੜੇ ਹਨ ਉਹ ਕਰਦੇ ਹਨ ਉਹ 12 ਭਗਤ ਜਿਨ੍ਹਾਂ ਦੇ ਵਿੱਚ ਕੁਝ ਦੇ ਨਾਵਾਂ ਨਾਲ ਆਪਾਂ ਵੀ ਫੈਮਿਲੀ ਹਰ ਹਾਂ ਭਗਤ ਕਬੀਰ ਜੀ ਰਵਦਾਸ ਜੀ ਧੰਨਾ ਜੀ ਪੀਪਾ ਜੀ ਇਹਨਾਂ ਸਾਰਿਆਂ ਦੇ ਨਾਮ ਹੁਣ 12 ਪ੍ਰਮੁੱਖ ਭਗਤਾਂ ਚੇਲਿਆਂ ਦੇ ਵਿੱਚ ਆਂਦੇ ਹਨ ਭਗਤ ਰਾਮਾਨੰਦ ਜੀ ਜਿਨ੍ਹਾਂ ਦੇ ਗੁਰੂ ਸਨ ਤੋਂ ਇਹ ਸਾਰੀ ਜਾਣਕਾਰੀ ਜਿਵੇਂ ਕਿ ਮੈਂ ਪਹਿਲਾਂ ਕੀਤਾ ਹੈ ਕਿ ਪ੍ਰਚਲਿਤ ਰਵਾਇਤਾਂ ਦੇ ਅਨੁਸਾਰ ਹੀ ਹੈ ਇਹਨਾਂ ਦੇ ਕੋਈ ਠੋਸ ਸਰੋਤ ਨਹੀਂ ਹਨ ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਆਮ ਤੌਰ ਦੇ ਉੱਤੇ ਜਿਹੜੇ ਤਾਂ ਭਗਤ ਕੁਝ ਬਹੁਤ ਜ਼ਿਆਦਾ ਉੱਚਾ ਦਰਜਾ ਸਮਾਜ ਦੇ ਵਿੱਚ ਪ੍ਰਾਪਤ ਕਰ ਗਏ ਜਿਨ੍ਹਾਂ ਦੇ ਚੇਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਉਹਨਾਂ ਦੇ ਬਾਰੇ ਤਾਂ ਮਿਲਦੀ ਹੈ ਸਾਨੂੰ ਜਾਣਕਾਰੀ ਪਰ ਬਾਕੀ ਜਿਹੜੇ ਭਗਤ ਸਨ ਆਮ ਤੌਰ ਤੇ ਖਾਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਉਹ ਚੁونکہ ਸਮਾਜ ਦੇ ਉੱਚੇ ਤਬਕਿਆਂ ਦੇ ਵਿੱਚੋਂ ਨਹੀਂ ਆਉਂਦੇ ਸਨ ਤੇ ਇਸ ਕਰਕੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਨਹੀਂ ਗਿਆ ਵੈਸੇ ਵੀ ਇਹ ਸਾਰੇ ਜਿਹੜੇ ਭਗਤ ਸਨ ਇਹ ਪ੍ਰਚਲਿਤ ਜੋ ਸਾਹਿਤ ਸੀ ਹਿਸਟਰੀ ਲਿਖਣ ਵਾਲੇ ਜੋ ਬ੍ਰਾਹਮਣੀ ਮਤ ਦੇ ਨਾਲ ਸੰਬੰਧ ਰੱਖਣ ਵਾਲੇ ਸਨ ਉਹਨਾਂ ਦੇ ਵਿਰੋਧੀ ਸਨ ਤੋਂ ਇਸ ਕਰਕੇ ਉਹਨਾਂ ਨੂੰ ਇਗਨੋਰ ਵੀ ਅਸੀਂ ਸਮਝਦੇ ਹਾਂ ਕਿ ਜ਼ਰੂਰ ਕੀਤਾ ਗਿਆ ਹੋਣਾ ਤੋਂ ਇਸ ਕਰਕੇ ਇਹਨਾਂ ਸਾਰਿਆਂ ਦੇ ਵਾਸਤੇ ਸਾਨੂੰ ਜਾਣਕਾਰੀ ਠੋਸ ਸਰੋਤਾਂ ਤੋਂ ਨਹੀਂ ਮਿਲਦੀ ਪਰ ਇਹ ਨਹੀਂ ਹੈ ਕਿ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਹੋ ਹੀ ਨਹੀਂ ਸਕਦੀ ਇਹਦੇ ਬਾਰੇ ਹੋਰ ਅਗਰ ਯਤਨ ਕੀਤੇ ਜਾਣ ਤੇ ਜ਼ਰੂਰ ਕੋਈ ਠੋਸ ਜਾਣਕਾਰੀਆਂ ਪ੍ਰਾਪਤ ਹੋਣਗੀਆਂ ਤੋ ਜੋ ਇਹਨਾਂ ਦੀ ਵਿਚਾਰਧਾਰਾ ਹੈ ਉਹਦੇ ਬਾਰੇ ਸਾਨੂੰ ਵਿਲਾਈ ਕਰਨਾ ਪੈਂਦਾ ਹੈ ਉਹਨਾਂ ਦਾ ਜੋ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਤਨਾਸਰੀ ਵਿੱਚ ਪੰਨਾ 695 ਉੱਤੇ ਦਰਜ ਹੈ ਜੋ ਆਪ ਜੀ ਦੇ ਸਾਹਮਣੇ ਡਿਸਪਲੇਡ ਹੈ ਜੀ ਆਓ ਇਸ ਤੋਂ ਹੀ ਥੋੜਾ ਜਿਹਾ ਆਪਾਂ ਸਮਝ ਲਈਏ ਤੇ ਇਸੇ ਤੋਂ ਹੀ ਸਾਨੂੰ ਪਤਾ ਲੱਗ ਜਾਏਗਾ ਕਿ ਭਗਤ ਜੀ ਦੇ ਵਿਚਾਰ ਕਿਸ ਕਿਸਮ ਦੇ ਸਨ ਕਿ ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਇਹ ਰਹਾਉ ਦੀ ਜੋ ਪੰਕਤੀ ਹੈ ਮੰਗਲਾਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਆਪ ਜੀ ਫਰਮਾ ਰਹੇ ਹਨ ਕਿ ਮੇਰੇ ਹਿਰਦੇ ਦੇ ਵਿੱਚ ਆਨੰਦ ਤੇ ਮੰਗਲ ਉਹਦਾ ਪੂਰੀ ਤਰ੍ਹਾਂ ਵਾਸਾ ਹੋਇਆ ਹੈ ਨਿਤ ਮੰਗਲ ਭਾਵ ਸਦੀਵੀ ਵਾਸਾ ਹੋ ਗਿਆ ਹੈ ਕਿਸ ਸਦਕਾ ਰਾਜਾ RAM ਰਾਏ ਕੋ ਉਸ ਦੀ ਕਿਰਪਾ ਦੇ ਨਾਲ ਉਸ ਦੇ ਨਾਲ ਜੁੜਨ ਦੇ ਨਾਲ ਉਸ ਦੇ ਨਾਮ ਸਿਮਰਨ ਦੇ ਜੁੜਨ ਦੇ ਨਾਲ ਤੇ ਪਹਿਲੇ ਬੰਦ ਵਿੱਚ ਆਫਰ ਮਾਰ ਰਹੇ ਹਨ ਕਿ ਵਾਰਨੇ ਜਾਉ ਕਮਲਾਪਤੀ ਕਮਲਾਪਤੀ ਭਾਵ ਕਮਲਾ ਦਾ ਭਾਵ ਜੋ ਹੈ ਉਹ ਲక్ష్ਮੀ ਗਿਣਿਆ ਜਾਂਦਾ ਹੈ ਇਸ ਜਗਤ ਦੀ ਜੋ ਆਪਾਂ ਮਾਇਆ ਕਹੀਏ ਲక్ష్ਮੀ ਕਹੀਏ ਉਸ ਦਾ ਪਤੀ ਭਾਵ ਪਰਮਾਤਮਾ ਤੋਂ ਉਹਦੇ ਉੱਤੇ ਵਾਰਨੇ ਜਾਣਾ ਹੀ ਜਿਹੜਾ ਹੈ ਭਗਤ ਜੀ ਉਹਨਾਂ ਮੰਨਦੇ ਹਨ ਕਿ ਇਹ ਜਿਹੜੇ ਆਰਤੀ ਦੇ ਵਾਸਤੇ ਧੂਪ ਦੀਪ ਘਿਓ ਵਾਲੇ ਜਿਹੜੇ ਦੀਵੇ ਜਗਾਏ ਜਾਂਦੇ ਹਨ ਇਨ ਸਾਰਿਆਂ ਦੇ ਵਾਸਤੇ ਉਹ ਕਹਿੰਦੇ ਹਨ ਕਿ ਮੇਰੇ ਲਈ ਤਾਂ ਉਸ ਪ੍ਰਭੂ ਤੋਂ ਕੁਰਬਾਨ ਹੋ ਜਾਣਾ ਹੀ ਜਿਹੜਾ ਹੈ ਇਹ ਆਰਤੀ ਦਾ ਸਾਜ਼ੋ-ਸਮਾਨ ਇਕੱਠਾ ਕਰਨਾ ਹੁੰਦਾ ਹੈ। ਅੱਗੇ ਆਪ ਅਗਲੇ ਬੰਦ ਦੇ ਵਿੱਚ ਫਰਮਾਉਂਦੇ ਹਨ ਕਿ ਉਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ। ਹੁਣ ਆਪ ਜੀ ਫਰਮਾ ਰਹੇ ਹਨ ਕਿ ਤੂੰ ਹੀ ਨਿਰੰਜਨ ਤੂੰ ਮਾਇਆ ਤੋਂ ਰਹਿਤ ਹੈ ਮਾਇਆ ਤੋਂ ਉੱਪਰ ਹੈ ਤੇਰੇ ਤੇ ਮਾਇਆ ਦਾ ਅਸਰ ਨਹੀਂ ਹੈ। ਔਰ ਤੂੰ ਕਮਲਾ ਪਾਤੀ ਦਾ ਭਾਵ ਹੈ ਕਿ ਤੂੰ ਉਸ ਦਾ ਜੋ ਪਤੀ ਹੈ ਇਸ ਦਾ ਉਹਦੇ ਉੱਤੇ ਹੀ ਆਪ ਜੀ ਕਹਿ ਰਹੇ ਹਨ ਕਿ ਉਹਦੀ ਉਹਨੂੰ ਯਾਦ ਕਰਨਾ ਉਹਦੀ ਉਹੀ ਚੀਜ਼ ਜਿਹੜੀ ਹੈ ਉਹ ਉਤਮ ਦੀਵਾ ਤੇ ਨਿਰਮਲ ਬੱਤੀ ਹੈ ਕਿਉਂਕਿ ਦੀਰੇ ਦੀਵੇ ਜਿਹੜੇ ਜਗਾਏ ਜਾਂਦੇ ਸਨ ਆਰਤੀ ਦੇ ਚ ਉਹਨਾਂ ਨੂੰ ਪਹਿਲਾਂ ਪਵਿੱਤਰ ਕੀਤਾ ਜਾਂਦਾ ਸੀ ਬੱਤੀਆਂ ਨੂੰ ਹੀ ਪਵਿੱਤਰ ਕੀਤਾ ਜਾਂਦਾ ਸੀ ਤੋ ਆਪ ਜੀ ਕਹਿੰਦੇ ਹਨ ਕਿ ਮੇਰੇ ਵਾਸਤੇ ਤਾਂ ਬਸ ਤੂੰ ਹੀ ਸਭ ਕੁਝ ਹੈ ਭਾਵ ਤੇਰਾ ਨਾਮ ਸਿਮਰਨ ਤੇਰੇ ਨਾਲ ਜੁੜਨਾ ਹੀ ਇਹ ਆਰਤੀ ਦੀਆਂ ਸਾਰੀਆਂ ਗੱਲਾਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਹੈ ਧੂਪ ਦੀ ਤੇ ਦੀਵਿਆਂ ਦੀ ਤੇ ਫਿਰ ਨਿਰਮਲ ਬਾਤੀ ਦੀ ਗੱਲ ਆਪ ਜੀ ਕਰ ਰਹੇ ਹਨ ਤੇ ਫਿਰ ਆਪ ਬਖਾਨ ਕਰ ਰਹੇ ਹਨ ਕਿ ਰਾਮਾ ਭਗਤ ਰਾਮਾਨੰਦ ਜਾਣਾ ਪੂਰਨ ਪਰਮਾਨੰਦ ਬਖਾਨਾ ਹੈ ਭਾਵ ਰਾ ਉਹ ਰਾਮ ਜੋ ਰਮਿਆ ਹੋਇਆ ਹੈ ਜਗਤ ਦੇ ਵਿੱਚ ਵਸਿਆ ਹੋਇਆ ਹੈ ਉਹਦੀ ਭਗਤੀ ਤੇ ਆਨੰਦ ਸਰੂਪੀ ਉਹ ਜਿਹੜਾ ਰਾਮ ਹੈ। ਇਹੀ ਜੋ ਹੈ ਪੂਰਨ ਪਰਮ ਆਨੰਦ ਵਖਾਨਾ ਮੇਰੇ ਵਾਸਤੇ ਤੇ ਉਸ ਤੇਰੇ ਨਾਲ ਜੁੜਨਾ ਤੇਰੀ ਭਗਤੀ ਕਰਨਾ ਤੇਰੇ ਨਾਲ ਜੁੜ ਕੇ ਜਿਹੜਾ ਹੈ ਉਹੀ ਮੇਰੇ ਵਾਸਤੇ ਪਰਮ ਆਨੰਦ ਦੀ ਜਿਹੜੀ ਅਵਸਥਾ ਹੈ ਔਰ ਮੈਂ ਉਹਦੇ ਵਿੱਚ ਆ ਕੇ ਪਰਮ ਆਨੰਦ ਉਸ ਪ੍ਰਭੂ ਨੂੰ ਵਖਾਨ ਕਰ ਰਿਹਾ ਹਾਂ ਉਹਦੇ ਗੀਤ ਗਾ ਰਿਹਾ ਹਾਂ ਉਹਦੇ ਗੁਣ ਗਾ ਰਿਹਾ ਹਾਂ ਉਹਦਾ ਕੀਰਤਨ ਕਰ ਰਿਹਾ ਹਾਂ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਨ ਭਜੇ ਭਜ ਪਰਮਾਨੰਦ ਦੇ ਕਿ ਉਹ ਮਦਨ ਮੂਰਤ ਭਾਵ ਅਤ ਸੋਹਣੀ ਅਤ ਪਿਆਰੀ ਅਤ ਆਨੰਦ ਦੇਣ ਵਾਲੀ ਜੋ ਉਸ ਪ੍ਰਭੂ ਦੀ ਮੂਰਤ ਹੈ ਪਰਸੋਨੈਲਿਟੀ ਹੈ ਭੈ ਤਾਰ ਗੋਬਿੰਦੇ ਔਰ ਮਤਲਬ ਉਹ ਭੈ ਤੋਂ ਤਰਨ ਵਾਲਾ ਹੈ ਜਿਹਦੇ ਨਾਲ ਜੁੜ ਕੇ ਅਸੀਂ ਇਸ ਜਗਤ ਦੇ ਭੈ ਜਿਹੜੇ ਹਨ ਉਹਨਾਂ ਤੋਂ ਮੁਕਤ ਹੋ ਜਾਂਦੇ ਹਨ ਤੇ ਸੈਨ ਭਣੈ ਭਜ ਪਰਮਾਨੰਦ ਉਸ ਪਰਮ ਆਨੰਦ ਦੇ ਸਰੋਤ ਜਿਹੜੇ ਸਰੂਪ ਹੈ ਅਕਾਲ ਪੁਰਖ ਵਾਹਿਗੁਰੂ ਰਾਮ ਹੈ ਤਾਂ ਉਹਦੀ ਭਗਤੀ ਸੈਨ ਸੈਨ ਜੀ ਕਹਿ ਰਹੇ ਹਨ ਕਿ ਮੈਂ ਉਸ ਦਾ ਸਿਮਰਨ ਕਰਦਾ ਹਾਂ ਉਹਦਾ ਸਿਮਰਨ ਕਰੋ ਸੈਨ ਭਣੈ ਭਜ ਪਰਮਾਨੰਦ ਇਹ ਸੈਨ ਤੋਂ ਉਹਦਾ ਸਿਮਰਨ ਕਰ ਤਾਂ ਕਿ ਤੈਨੂੰ ਇਹ ਸਾਰੀਆਂ ਪ੍ਰਾਪਤੀਆਂ ਹੋਣ ਤੋ ਇਸ ਤੋਂ ਸਾਨੂੰ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਦੀ ਜੋ ਵਿਚਾਰਧਾਰਾ ਸੀ ਉਹ ਸਪਸ਼ਟ ਰੂਪ ਦੇ ਵਿੱਚ ਜੋ ਗੁਰਮਤਿ ਦੀ ਵਿਚਾਰਧਾਰਾ ਹੈ ਉਹਦੇ ਨਾਲ 100% ਮੇਲ ਖਾਂਦੀ ਸੀ ਬਿਲਕੁਲ ਸੇਮ ਪ੍ਰਿੰਸੀਪਲਸ ਦੇ ਉੱਤੇ ਆਪ ਜੀ ਉਹਨਾਂ ਦਾ ਹੀ ਪ੍ਰਚਾਰ ਕਰਦੇ ਸਨ ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਆਪ ਜੀ ਦਾ ਜਨਮ ਤਰਨ ਤਾਰਨ ਦੇ ਵਿੱਚ ਹੋਇਆ ਆਪ ਜੀ ਰੇਵਾ ਰਾਜਸਥਾਨ ਵਿੱਚ ਵੀ ਰਹੇ ਬੇਦਰ ਤੱਕ ਗਏ ਤੇ ਆਪ ਜੀ ਦਾ ਅੰਤ ਸਮਾਜ ਵਾਰਾਨਸੀ ਵਿੱਚ ਆਇਆ ਸਪਸ਼ਟ ਹੈ ਕਿ ਆਪ ਜੀ ਪ੍ਰਚਾਰ ਦੌਰਿਆਂ ਦੇ ਉੱਤੇ ਲੰਬੇ ਦੌਰੇ ਉਹਨਾਂ ਨੇ ਕੀਤੇ ਉੱਤਰ ਭਾਰਤ ਤੋਂ ਦੱਖਣ ਭਾਰਤ ਤੱਕ ਤੇ ਫਿਰ ਉਸ ਤੋਂ ਬਾਅਦ ਪੂਰਬੀ ਭਾਰਤ ਤੱਕ ਉਹਨਾਂ ਨੇ ਦੌਰੇ ਕੀਤੇ ਆਪ ਜੀ ਦੇ ਬਾਰੇ ਇੱਕ ਸਾਖੀ ਜਾਂ ਇੱਕ ਕਥਾ ਬਹੁਤ ਹੀ ਮਸ਼ਹੂਰ ਹੈ ਜੋ ਲਗਭਗ ਜਿਹਨੂੰ ਕਈ ਅਸੀਂ ਪੁਰਾਣਿਕ ਸਾਖੀਆਂ ਵਰਗੀ ਹੈ ਤੇ ਉਹਦਾ ਜ਼ਿਕਰ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਨੇ ਵੀ ਆਪਣੀ 10ਵੀਂ ਵਾਰ ਦੀ 16ਵੀਂ ਪਾਠੀ ਵਿੱਚ ਕੀਤਾ ਜਿਹਦਾ ਜ਼ਿਕਰ ਅਸੀਂ ਆਮ ਤੌਰ ਤੇ ਗੁਰਦੁਆਰਿਆਂ ਦੇ ਵਿੱਚ ਸੁਣਦੇ ਹਾਂ ਤੋ ਉਹ ਜਿਹੜੀ ਹੈ ਆਪਣਾ ਪੌੜੀ ਸੋਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਵਾਸ ਹੈ ਨਾ ਹੀ ਹਾਲਾਂਕਿ ਇਹ ਵਾਰ ਜਿਹੜੀ ਹੈ ਇਹ ਜਿਹੜੀ ਵਾਰ ਹੈ ਇਹਦੇ ਉੱਤੇ ਕਈ ਵਿਦਵਾਨ ਜਿਹੜੇ ਹਨ ਉਹ ਸ਼ੰਕੇ ਵੀ ਖੜੇ ਕਰਦੇ ਹਨ ਵੀਰ ਜੀ ਇਹ ਡਿਸਪਲੇ ਕਰ ਦਿਓ ਜੀ ਸੋਨ ਪ੍ਰਤਾਪ ਕਬੀਰ ਦਾ ਤੇ ਇਹਦੇ ਉੱਤੇ ਕਈ ਵਿਦਵਾਨ ਸ਼ੰਕੇ ਵੀ ਖੜੇ ਕਰਦੇ ਹਨ ਪਰ ਆਪਾਂ ਉਹਨਾਂ ਸ਼ੰਕਿਆਂ ਨੂੰ ਇੱਕ ਪਾਸੇ ਰੱਖੀਏ ਤੇ ਇਹਦੀ ਜਿਹੜੀ ਪੌੜੀ ਦੀ ਅੰਤਲੀ ਪੰਕਤੀ ਹੈ ਉਦੇ ਵੱਲ ਧਿਆਨ ਦਿਈਏ ਕਿ ਆਪ ਜੀ ਕਹਿ ਰਹੇ ਹਨ ਕਿ ਇਹਦਾ ਇਸ ਪੌੜੀ ਦਾ ਜੋ ਮੁੱਖ ਸੰਦੇਸ਼ ਹੈ ਕਿ ਪ੍ਰਗਟ ਕਰੈ ਭਗਤ ਵਡਿਆਈ ਭਾਵ ਉਹ ਅਕਾਲ ਪੁਰਖ ਆਪਣੇ ਭਗਤਾਂ ਦੀ ਜਿਹੜੀ ਵਡਿਆਈ ਹੈ ਉਹ ਇਸ ਜਗਤ ਦੇ ਵਿੱਚ ਪ੍ਰਗਟ ਕਰਦਾ ਹੈ ਇਹ ਥੀਮ ਹੈ ਇਸ ਪੌੜੀ ਦਾ ਤੇ ਇਹਦੇ ਵਿੱਚ ਆਪ ਜੀ ਨੇ ਸੈਨ ਜੀ ਦੇ ਨਾਲ ਜੋ ਸੰਬੰਧਤ ਕੀਤੀ ਜਾਂਦੀ ਇੱਕ ਦੰਤ ਕਥਾ ਹੈ ਸਾਖੀ ਹੈ ਉਹ ਆਪ ਜੀ ਨੇ ਇਹਦੇ ਵਿੱਚ ਭਾਈ ਗੁਰਦਾਸ ਜੀ ਨੇ بیان ਕੀਤੀ ਹੈ ਜਿਸ ਦਾ ਮੋਲ ਰੂਪ ਦੇ ਵਿੱਚ ਆਪਾਂ ਸੰਖੇਪ ਵਿੱਚ ਗੱਲ ਕਰੀਏ ਕਿ ਆਪ ਜੀ ਚੁਕੇ ਸੰਤ ਜਨਾਂ ਦੀ ਸੰਗਤ ਨੂੰ ਬਹੁਤ ਇੰਜੋਏ ਕਰਦੇ ਸਨ ਤੇ ਹਰ ਰੋਜ਼ ਸਵੇਰੇ ਉਹਨਾਂ ਨੇ ਰਾਣੇ ਦੇ ਰਾਜੇ ਦੇ ਜਾ ਕੇ ਸੇਵਾ ਕਰਨੀ ਹੁੰਦੀ ਸੀ ਤਾਂ ਇਸ ਕਹਾਣੀ ਦੇ ਮੁਤਾਬਕ ਇੱਕ ਦਿਨ ਰਾਤ ਨੂੰ ਆਪ ਜੀ ਦੇ ਘਰ ਕੋਈ ਸੰਤ ਪਰੌਣੇ ਆ ਗਏ ਤੇ ਪੂਰੀ ਰਾਤ ਉਹਨਾਂ ਦੀ ਉਹਨਾਂ ਦੇ ਨਾਲ ਬੈਠ ਕੇ ਅਕਾਲ ਪੁਰਖ ਦੇ ਗੁਣ ਗਾਉਂਦਿਆਂ ਜੋ ਲੰਘ ਗਈ ਤੇ ਅਗਲੇ ਦਿਨ ਆਪ ਸੇਵਾ ਤੇ ਨਾ ਪਹੁੰਚੇ ਤਾਂ ਇਹ ਆਮ ਇੱਕ ਪ੍ਰਚਲਿਤ ਗੱਲ ਹੈ ਕਿ ਉਹ ਜਦੋਂ ਸੇਵਾ ਤੇ ਨਾ ਪਹੁੰਚੇ ਤਾਂ ਕਿਹਾ ਜਾਂਦਾ ਹੈ ਕਿ ਅਕਾਲ ਪੁਰਖ ਨੇ ਆਪ ਹੀ ਉਹਨਾਂ ਦਾ ਰੂਪ ਧਰ ਕੇ ਉਹ ਰਾਣੇ ਰਾਜੇ ਨੂੰ ਜਿਹੜਾ ਹੈ ਰਿਝਾਇਆ ਤੇ ਫਿਰ ਰਾਜਾ ਇੰਨਾ ਖੁਸ਼ ਹੋਇਆ ਕਿ ਉਹਨਾਂ ਨੂੰ ਇਨਾਮ ਵੀ ਦਿੱਤਾ ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਸਾਖੀ ਅਕਸਰ ਸੁਣਾਈ ਜਾਂਦੀ ਹੈ ਹਾਲਾਂਕਿ ਇਹ ਕਿੰਨੀ ਸੱਚ ਹੈ ਕਿੰਨੀ ਝੂਠ ਹੈ ਇਹਦੇ ਬਾਰੇ ਕੋਈ ਸਾਨੂੰ ਪ੍ਰਚਲਿਤ ਸਰੋਤਾਂ ਤੋਂ ਠੋਸ ਸਰੋਤਾਂ ਤੋਂ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਇਸ ਬਾਣੀ ਦਾ ਸਾਨੂੰ ਅਰਥ ਇਹੀ ਲੈਣਾ ਚਾਹੀਦਾ ਹੈ ਕਿ ਅਸਲ ਵਿੱਚ ਭਾਈ ਗੁਰਦਾਸ ਜੀ ਇਸ ਸਾਖੀ ਦੀ ਗਵਾਹੀ ਨਹੀਂ ਦੇ ਰਹੇ ਉਹਨਾਂ ਨੇ ਜੋ ਪ੍ਰਚਲਿਤ ਸਾਖੀ ਹੈ ਉਹ ਸਾਨੂੰ ਸੁਣਾ ਦਿੱਤੀ ਹੈ ਜਿਵੇਂ ਕਿ ਹੋਰ ਵੀ ਕਈ ਸਾਖੀਆਂ ਆਪ ਜੀ ਨੇ ਜ਼ਿਕਰ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ ਅਸਲ ਵਿੱਚ ਉਹ ਸਾਨੂੰ ਸੁਨੇਹਾ ਦੇ ਰਹੇ ਹਨ ਕਿ ਜਿਹੜੇ ਭਗਤ ਜਨ ਹੁੰਦੇ ਹਨ ਅਕਾਲ ਪੁਰਖ ਦੇ ਅਕਾਲ ਪੁਰਖ ਜਿਹੋ ਜੀ ਕਲਾ ਵਰਤੌਂਦਾ ਹੈ ਕਿ ਉਹਨਾਂ ਦੀ ਵਡਿਆਈ ਪੂਰੇ ਜਗਤ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਤੋ ਇਹ ਸੰਖੇਪ ਦੇ ਵਿੱਚ ਜਾਣਕਾਰੀ ਸੀ ਜਿੰਨੀ ਕੋ ਸਾਨੂੰ ਪ੍ਰਾਪਤ ਹੋ ਸਕੀ ਬਾਕੀ ਜਿੱਥੋਂ ਤੱਕ ਸਵਾਲ ਹੈ ਕਿ ਸਾਡੇ ਪਾਠ ਦੇ ਉੱਤੇ ਬੜੀ ਕਮੀ ਰਹੀ ਹੈ ਕਿ ਅਸੀਂ ਬਹੁਤ ਸਵਾ ਭਗਤ ਜਨਾ ਤੋਂ ਉਹਨਾਂ ਦੇ ਇਤਿਹਾਸ ਤੋਂ ਉਹਨਾਂ ਦੇ ਉਪਦੇਸ਼ਾਂ ਤੋਂ ਤੇ ਉਹਨਾਂ ਦੇ ਦਿਨ ਦਿਹਾੜੇ ਮਨਾਉਣ ਤੋਂ ਅਸੀਂ ਅਵੇਸਲੇ ਰਹੇ ਹਾਂ ਇਹ ਸਾਨੂੰ ਜ਼ਰੂਰ ਦੂਰ ਕਰਨਾ ਚਾਹੀਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਭਗਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬੜੇ ਡਿਟੇਲ ਦੇ ਵਿੱਚ ਭਗਤ ਸਾਹਿਬ ਜੀ ਦਾ ਭਗਤ ਸੈਨ ਜੀ ਦਾ ਜੀਵਨ ਵੀ ਦੱਸਿਆ ਹੈ ਫਿਰ ਉਹਨਾਂ ਨੇ ਕਿਸ ਤਰ੍ਹਾਂ ਭਗਤੀ ਕੀਤੀ ਉਹ ਵੀ ਦੱਸਿਆ ਆਪ ਜੀ ਨੇ ਔਰ ਨਾਲ ਜਿਹੜੀ ਪ੍ਰਚਲਿਤ ਸਾਖੀ ਸੀ ਜਿਹੜੀ ਜਿਹਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ ਉਹਦੀ ਵੀ ਵਿਆਖਿਆ ਕਰਕੇ ਆਪ ਜੀ ਨੇ ਇਹ ਦੱਸਿਆ ਹੈ ਕਿ ਭਗਤ ਜੀ ਜਿਹੜੇ ਸਨ ਉਹਨਾਂ ਦੀ ਵਿੜਾਈ ਜਿਹੜੀ ਹੈ ਇਸ ਆਕੀਦੇ ਵਿੱਚੋਂ ਪ੍ਰਗਟ ਹੋਈ ਹੈ ਤੇ ਬਹੁਤ ਬਹੁਤ ਤਰਵਾਦ ਆਪ ਜੀ ਜਿਹੜੀ ਸੁਜੈਸ਼ਨ ਦਿੱਤੀ ਹੈ ਉਹ ਵਾਕਈ ਕਾਬਲੇ ਤਾਰੀਫ ਹੈ ਔਰ ਉਹਦੇ ਉੱਪਰ ਵਿਚਾਰ ਕਰਨ ਦੀ ਲੋੜ ਹੈ